ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਤਾਪਮਾਨ ਵਿੱਚ ਗਿਰਾਵਟ ਦਾ ਪਿਛਲੇ 52 ਸਾਲ ਦਾ ਰਿਕਾਰਡ ਤੋੜ ਦਿੱਤਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਜੋ ਭਲਕੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 22 ਮਾਰਚ ਨੂੰ ਇੱਕ ਵਾਰ ਫਿਰ ਤੋਂ ਬਾਰਿਸ਼ ਸ਼ੁਰੂ ਹੋਵੇਗੀ ਜੋ 24 ਮਾਰਚ ਤੱਕ ਜਾਰੀ ਰਹੇਗੀ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਨੇ ਪਿਛਲੇ 52 ਸਾਲ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 1970 ਵਿੱਚ ਯੂਨੀਵਰਸਿਟੀ ਵੱਲੋਂ ਅਜਿਹਾ ਘੱਟ ਤਾਪਮਾਨ ਦਰਜ ਕੀਤਾ ਗਿਆ ਸੀ। ਇਹਨਾਂ ਹਾਲਾਤ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਦੀ ਸੰਭਾਲ ਕਰਨ ਦੀ ਸਲਾਹ ਵੀ ਦਿੱਤੀ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਹਾਂਜੀ, ਪਿਛਲੇ ਕੁਝ ਦਿਨਾਂ ਤੋਂ ਕਿਉਂਕਿ ਜਿਹੜਾ WD ਸਿਸਟਮ ਐਕਟਿਵ ਹੋਇਆ ਹੋਇਆ, ਸੋ ਉਹਦੇ ਕਰਕੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਲਾਈਟ ਰੇਨਫਾਲ ਅਸੀਂ ਓਬਜ਼ਰਵ ਕੀਤੀ ਹੈ, ਔਰ ਕੱਲ੍ਹ ਤੱਕ ਇਹ ਐਕਟੀਵਿਟੀ ਇਸੇ ਤਰ੍ਹਾਂ ਰਹਿਣ ਦੀ ਪ੍ਰੀਡਿਕਸ਼ਨ ਹੈਗੀ ਆ, ਔਰ 23 ਤੋਂ ਫਿਰ ਇੱਕ ਨਵਾਂ ਸਿਸਟਮ ਜਿਹੜਾ ਐਕਟਿਵ ਹੋਇਆ, ਸੋ 23-24 ਅਤੇ 25 ਤਰੀਕ ਨੂੰ ਫਿਰ ਉਹਦੇ ਨਾਲ ਲਾਈਟ ਰੇਨਫਾਲ ਐਕਟੀਵਿਟੀ ਸਟੇਟ ਦੇ ਵਿੱਚ ਹੋ ਸਕਦੀ ਹੈ। ਹਾਂਜੀ, ਪਿਛਲੇ ਦਿਨਾਂ ਵਿੱਚ ਤੇਜ਼ ਹਵਾਵਾਂ ਵੀ ਚੱਲੀਆਂ ਨੇ, ਔਰ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਵੀ ਲਾਈਟ ਰੇਨਫਾਲ ਜਾਂ ਥੋੜ੍ਹੀ ਵਿੰਡ ਸਪੀਡ ਹੋ ਸਕਦੀ ਹੈ। ਨਹੀਂ, ਗੜੇਮਾਰੀ ਦੀ ਪ੍ਰੀਡਿਕਸ਼ਨ ਨਹੀਂ ਹੈਗੀ। ਹਾਂਜੀ, ਕਿਉਂਕਿ ਜਿਹੜਾ ਹੁਣ WD ਡਿਵੈਲਪ ਹੋਇਆ ਸੀਗਾ ਉਹਦੇ ਨਾਲ ਸਾਨੂੰ ਟੈਂਪਰੇਚਰ ਤੋਂ ਤਾਂ ਜ਼ਰੂਰ ਰਾਹਤ ਮਿਲੀ ਸੀਗੀ, ਰੇਨ ਵੀ ਲਾਈਟ ਹੀ ਰਹੀ ਹੈ ਜ਼ਿਆਦਾ ਥਾਵਾਂ 'ਤੇ, ਬਟ ਕਿਉਂਕਿ ਇਹਦੇ ਨਾਲ ਵਿੰਡ ਸਪੀਡ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਕ੍ਰੋਪ ਦੀ ਲੋਜਿੰਗ ਹੋ ਜਾਂਦੀ ਹੈ, ਔਰ ਹੇਲ ਸਟੋਰਮਸ ਕਿਤੇ ਕਿਤੇ ਹੋਏ ਨੇ, ਸੋ ਉਹ ਜ਼ਰੂਰ ਜਿਹੜੇ ਕ੍ਰੋਪ ਲਈ ਹਾਰਮਫੁਲ ਨੇ। ਬਿਲਕੁਲ ਜੀ, ਇਸ ਟਾਈਮ ਲੋੜ ਹੈਗੀ ਆ ਕਿ ਫਸਲ ਨੂੰ ਜਿਵੇਂ ਹਵਾ ਬਹੁਤ ਵਗਦੀ ਹੈ, ਲੋਜਿੰਗ ਦਾ ਅਸੀਂ ਇਫੈਕਟ ਜ਼ਿਆਦਾ ਨਾ ਹੋਣ ਦੇਈਏ, ਸੋ ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ ਕ੍ਰੋਪ ਨੂੰ, ਕਿਉਂਕਿ ਕ੍ਰੋਪ ਮੈਚਿਓਰਿਟੀ ਦੇ ਨੇੜੇ ਆ, ਜੇ ਪਾਣੀ ਲੱਗਿਆ ਹੋਵੇ ਤਾਂ ਜਦੋਂ ਤੇਜ਼ ਹਵਾ ਹੁੰਦੀ ਹੈ ਤਾਂ ਉਹਦੇ ਨਾਲ ਲੋਸਿਸ ਹੋ ਜਾਂਦੇ ਨੇ, ਲੋਜਿੰਗ ਹੁੰਦੀ ਹੈ ਕ੍ਰੋਪ ਦੀ, ਸੋ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਤਾਂ ਵੇਰੀਏਬਿਲਿਟੀ ਬਹੁਤ ਰਹੀ ਹੈ ਜੀ, ਜਿਵੇਂ ਲਾਸਟ ਈਅਰ ਜਨਵਰੀ ਅਤੇ ਫੈਬਰੇਰੀ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ, ਮਾਰਚ ਅਪ੍ਰੈਲ 'ਚ ਬਿਲਕੁਲ ਨਹੀਂ ਸੀ ਹੋਈ, ਇਸ ਵਾਰੀ ਫੈਬਰੇਰੀ ਦੇ ਵਿੱਚ ਬਿਲਕੁਲ ਨਹੀਂ ਹੋਈ, ਹੁਣ ਮਾਰਚ ਵਿੱਚ ਬਾਰਿਸ਼ ਹੋਈ ਹੈ, ਸੋ ਅਸੀਂ ਪਿਛਲੇ ਸਾਲਾਂ ਦਾ ਰਿਕਾਰਡ ਦੇਖੀਏ ਤਾਂ ਵੇਰੀਏਬਿਲਿਟੀ ਬਹੁਤ ਵੱਧ ਰਹੀ ਹੈ, ਬਹੁਤ ਅਨਸਰਟੇਨਟੀ ਹੋ ਰਹੀ ਹੈ, ਰੇਨਫਾਲ ਪੈਟਰਨ ਜਿਹੜਾ ਬਹੁਤ ਅਨਸਰਟਨ ਹੋ ਰਿਹਾ, ਸੋ ਉਹਦੇ ਕਰਕੇ ਹਰ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਜਿਹੜਾ ਸਾਨੂੰ ਫਿਰ ਨੁਕਸਾਨ ਉਹਦਾ ਹੁੰਦਾ। ਟੈਂਪਰੇਚਰ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਸੀਗਾ ਕਿ ਹਾਇਰ ਸਾਈਡ 'ਤੇ ਜਾ ਰਿਹਾ ਸੀ, 32 ਡਿਗਰੀ ਸੈਂਟੀਗ੍ਰੇਡ ਤੱਕ ਵੀ ਡੇ ਟਾਈਮ ਟੈਂਪਰੇਚਰ ਹੋ ਗਿਆ ਸੀਗਾ, ਬਟ ਹੁਣ ਕਿਉਂਕਿ WD ਸਿਸਟਮ ਜਿਹੜਾ ਡਿਵੈਲਪ ਹੋਇਆ ਹੋਇਆ ਉਹਦੇ ਕਰਕੇ ਟੈਂਪਰੇਚਰ ਤੋਂ ਸਾਨੂੰ ਜ਼ਰੂਰ ਡੇ ਟਾਈਮ ਟੈਂਪਰੇਚਰ ਤੋਂ ਰਾਹਤ ਮਿਲੀ ਆ, ਜਿਵੇਂ ਕੱਲ੍ਹ ਦਾ ਜਿਹੜਾ ਮੈਕਸੀਮਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਸੀ, ਔਰ ਅੱਜ 21.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ ਲਗਭਗ 6 ਡਿਗਰੀ ਸੈਂਟੀਗ੍ਰੇਡ ਲੋਅਰ ਹੈਗਾ।